ਹੁਣ ਮਨ ਇਸ ਵੇਲੇ ਸਾਡਾ ਵੀ ਹੈਗਾ ਵੀ ਜੇ ਤੁਸੀਂ ਇੱਕ ਕੋਈ ਗੀਤ ਸਾਨੂੰ ਛੋਟਾ ਜਿਹਾ ਚਾਰ ਲਾਈਨਾਂ ਸੁਣਾ ਦਿਓ। ਦੇਖੋ ਤੁਹਾਡੀ ਆਵਾਜ਼ ਇੰਨੀ ਜ਼ਬਰਦਸਤ ਹੈ ਬਿਨਾਂ ਸਪੀਕਰ ਤੋਂ। ਫਿਰ ਤੁਸੀਂ, ਮੈਨੂੰ ਉਮੀਦ ਹੈ ਪੂਰੀ ਕਿ ਤੁਸੀਂ ਸਾਡਾ ਮਨ ਦੁਖੀ ਨਹੀਂ ਕਰੋਗੇ। ਬਰਾੜ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ। ਤੁਸੀਂ ਇੱਕ ਵਾਰੀ, ਮੈਂ ਤਿੰਨ ਪ੍ਰੋਗਰਾਮ ਕਰਕੇ ਆਇਆ, ਮੇਰੀਆਂ ਬੱਚੀਆਂ ਪੰਜ ਛੇ ਨੇ ਬੇਟੀਆਂ, ਹਾਂ ਜੀ, ਉਹ ਹਾਲੇ ਵਿਆਹੀਆਂ ਨਹੀਂ ਸੀਗੀਆਂ। ਮੇਰੀ ਮਿਸਿਜ ਰਾਤ ਦੇ 11 ਵਜੇ ਹੋਏ ਸੀਗੇ, ਉਹ ਅੱਗੇ ਕਹਿੰਦੀ ਵੀ ਤੁਸੀਂ ਕੁਛ ਕਰੋ, ਇਹਨਾਂ ਬੱਚੀਆਂ ਦਾ ਪੜ੍ਹਨ ਲਿਖ ਗਈਆਂ ਨੇ, ਹਜੇ ਗ੍ਰੈਜੂਏਟ ਨੇ ਸਾਰੀਆਂ, ਵੀ ਪੜ੍ਹ ਲਿਖੀਆਂ ਨੇ ਕੁਛ ਕਰੋ। ਮੈਂ ਚੁੱਪ ਕਰਕੇ ਪਿਆ ਰਿਹਾ, ਮੈਂ ਤਿੰਨ ਪ੍ਰੋਗਰਾਮ ਕਰਕੇ ਆਇਆ ਸੀਗਾ। ਉਹ ਵਿਚਾਰੀ ਦੁਖੀ ਹੋ ਕੇ ਨਾ ਐਂ ਮੇਰੇ ਮਾਰ ਕੇ ਕਹਿੰਦੀ, ਪਤਾ ਨਹੀਂ ਇਹ ਬੰਦੇ ਨੂੰ ਕੌਣ ਬੁਲਾ ਲੈਂਦਾ, ਐਂ ਕਰਿਆ ਕੇ ਗੱਲ ਨਹੀਂ ਕਰਦਾ। ਮੈਂ ਕਿਹਾ ਭਾਗਵਾਨ ਨੇ ਪੈਸੇ ਲੈ ਕੇ ਬੋਲਣ ਦੀ ਆਦਤ ਪਈ ਹੈ, ਤੂੰ ਫੜਾ ਦੇ, ਮੈਂ ਹੁਣੀ ਬੋਲਣ ਪੈਂਦਾ। ਮਤਲਬ ਹੁਣ ਤੁਸੀਂ ਸਾਨੂੰ ਇਹ ਕੀ ਕਹਿਣਾ ਚਾਹ ਰਹੇ ਹੋ? ਹੁਣ ਅਸੀਂ ਇਹਦਾ ਕੋਈ ਮਤਲਬ ਸਮਝੀਏ ਜਾਂ ਇਹ ਸਿਰਫ ਗੱਲ ਹੀ ਹੈ? ਦੇਖੋ ਜੀ, ਇਹ ਗੱਲ ਸੱਚੀ ਆ, ਇਹ ਬਣਾਈ ਹੋਈ ਗੱਲ ਨਹੀਂ ਹੈ। ਮਤਲਬ ਇਹ ਹੈ ਬਲਾਰ ਸਾਹਿਬ, ਇੱਕ ਆਦਤ ਬਣ ਜਾਂਦੀ ਹੈ, ਮੈਂ ਇੱਕ ਹੋਰ ਗੱਲ ਦੱਸਦਾ। ਸਾਡੇ ਜਸਵਾਲ ਸਾਹਿਬ ਨਾ ਬਹੁਤ ਅੱਛੇ ਸੀਗੇ, MLA ਵੀ ਸੀਗੇ। ਉਹਨਾਂ ਕੋਲ ਇੱਕ ਦਿਨ ਇੱਕ ਜੱਜ ਸਾਹਿਬ ਆ ਕੇ ਬੈਠ ਗਏ, ਮੈਂ ਅਤੇ ਸੰਦੀਲਾ ਸਾਹਿਬ, ਅਸੀਂ ਉਹਨਾਂ ਨੂੰ ਮਿਲਣ ਗਏ ਨਾ, ਅਤੇ ਉਹਨਾਂ ਨੇ ਸਾਡੀ ਇੰਟਰੋਡਕਸ਼ਨ ਕਰਾਈ, ਬਈ ਜੀ ਇਹ ਬਹੁਤ ਅੱਛੇ ਸਿੰਗਰ ਨੇ, ਇਹ ਮੁਹੰਮਦ ਸਦੀਕ ਨੇ, ਇਹ ਸੰਦੀਲਾ ਸਾਹਿਬ ਨੇ, ਹਾਂ ਬਈ ਕਾਕਾ ਕੋਈ ਗਾਣਾ ਸੁਣਾਓ। ਹੁਣ ਪ੍ਰਪੇਅਰ ਹੋਣਾ ਪੈਂਦਾ ਕਿਸੇ ਵੀ ਗੱਲ ਵਾਸਤੇ, ਠੀਕ ਹੈ। ਹਾਂ, ਤੁਹਾਨੂੰ ਕੋਈ ਇੱਕ ਲੱਖ ਦਾ ਆਰਡਰ ਕਰ ਦਿੰਦਾ ਨਾ, ਤੁਸੀਂ ਸੋਚੋ ਕਿ ਹੁਣ ਕੀ ਕਰੀਏ ਕੀ ਨਾ ਕਰੀਏ। ਚਲੋ ਇੱਕ ਗਾਣਾ ਸੰਦੀਲਾ ਸਾਹਿਬ ਸੁਣਾਤਾ, ਇੱਕ ਮੈਂ ਸੁਣਾ ਦਿੱਤਾ। ਜੱਜ ਸਾਹਿਬ ਕਹਿੰਦੇ, ਜਸਵਾਲ ਸਾਹਿਬ ਤੁਹਾਡੇ ਜਿਹੜੇ ਆਰਟਿਸਟ ਨੇ, ਉਹਨਾਂ ਨੇ ਗਾਣਾ ਇਸ ਤਰ੍ਹਾਂ ਸੁਣਾਇਆ ਜਿਵੇਂ ਕੋਈ ਵਕੀਲ ਵਗੈਰਾ ਫੀਸ ਤੋਂ ਮੁਕੱਦਮਾ ਲੜਦਾ ਹੁੰਦਾ, ਖੁੱਲ੍ਹ ਕੇ ਨਹੀਂ ਸੁਣਾ ਸਕੇ। ਨਹੀਂ, ਦੇਖੋ ਇੱਕ ਗੱਲ ਡਾਕਟਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ, ਨਿਮਖ ਕਿਰਤ ਬਿਨ ਭੋਜਨ ਰਾਜਾ, ਦਲ ਬਿਨ ਫੀਰ ਵਿਆਹ ਬਿਨ ਬਾਚਾ। ਮਤਲਬ ਕੀ ਹੈ, ਲੂਣ ਅਤੇ ਘਿਓ ਤੋਂ ਬਗੈਰ ਰਸੋਈ ਭੂਤ ਰਸੋਈ ਹੈ। ਦੂਜੀ ਗੱਲ ਇਹ ਹੈ ਬਈ, ਇੱਕ ਜਿਹੜਾ ਦਲ ਹੁੰਦਾ, ਹਾਂਜੀ, ਜਦ ਹੁਣ ਤਾਂ ਗੱਲ ਬਦਲ ਗਈ ਹੈ ਨਾ, ਨਵਾਂ ਜ਼ਮਾਨਾ ਆ ਗਿਆ, ਤੋਪਾਂ ਆ ਗਈਆਂ, ਬੰਦੂਕ ਆ ਗਈਆਂ। ਪਹਿਲਾਂ ਕਿਰਪਾਨਾਂ ਵਰਛੇ ਹੁੰਦੇ ਸੀਗੇ, ਹਾਥੀ ਜ਼ਰੂਰ ਹੁੰਦਾ ਸੀ, ਜਿਹੜੇ ਦਲ ਵਿੱਚ ਹਾਥੀ ਨਹੀਂ ਹੈ। ਨਿਮਕ ਕਿਰਤੇ ਬਿਨ ਭੋਜਨ ਰਾਜਾ, ਦਲ ਬਿਨ ਫੀਰ, ਫੀਲ ਕਹਿੰਦੇ ਨੇ ਹਾਥੀ ਨੂੰ, ਦਲ ਬਿਨ ਫੀਲ ਵਿਆਹ ਬਿਨ ਬਾਜਾ, ਬਾਜੇ ਬਿਨਾਂ ਵਿਆਹ ਚੰਗਾ ਨਹੀਂ ਲੱਗਦਾ। ਹਾਂਜੀ, ਮਤਲਬ ਇਹ ਹੈ, ਜਦੋਂ ਅਸੀਂ ਕੰਮ ਕਰਦੇ ਹਾਂ, ਸਾਡੇ ਇੱਕ ਖੰਭ ਹੁੰਦੇ ਨੇ, ਰਿਦਮ ਵਾਲਾ ਵੀ ਅਤੇ ਦੂਜਾ ਮਿਊਜ਼ੀਸ਼ੀਅਨ ਵੀ, ਉਦੋਂ ਇੱਕ ਬਹੁਤ ਅੱਛੀ ਉਡਾਰੀ ਮਾਰ ਸਕਦੇ ਹਾਂ, ਅਤੇ ਜਦੋਂ ਉਹ ਨਹੀਂ ਹੈਗੇ ਨਾ, ਉਡਾਰੀ ਤਾਂ ਮਾਰ ਜਾਵਾਂਗੇ ਪਰ ਉੱਥੇ ਜਾ ਕੇ ਗਿਰ ਪਵਾਂਗੇ, ਪੂਰੀ ਉਡਾਰੀ ਨਹੀਂ ਹੋਊਗੀ। ਇਸ ਕਰਕੇ ਜਿਹੜਾ ਗਾਣਾ ਵਜਾਉਣਾ ਹੈ ਨਾ, ਉਹ ਹਾਂ, ਕਮਿਸ਼ਨਾਂ ਦੀ ਇੱਕ ਖਾਸ ਗੱਲ ਹੁੰਦੀ ਹੈ, ਕਮਿਸ਼ਨਾਂ ਦੀ, ਹਾਂਜੀ, ਉਹ ਤੁਹਾਨੂੰ ਕਮਿਸ਼ਨ ਹੀ ਸੁਣਾ ਸਕਦੇ ਨੇ, ਕਿਉਂਕਿ ਉਹ ਪਰੰਪਰਾ ਹੈਗੀ ਸ਼ੁਰੂ ਤੋਂ, ਬਗੈਰ ਸਾਜ਼ ਤੋਂ ਹੁੰਦੀ ਆ। ਸਾਨੂੰ ਆਦਤਾਂ ਪਈਆਂ ਹੋਈਆਂ ਨੇ ਸਾਜ਼ ਨਾਲ ਗਾਉਣ ਦੀਆਂ, ਇਸ ਕਰਕੇ ਗਾ ਤਾਂ ਲੈਂਦੇ ਹਾਂ, ਪਰ ਮੈਂ ਸਮਝਦਾ ਵੀ ਉਹ ਓਨਾ ਖੂਬਸੂਰਤ ਨਹੀਂ ਹੁੰਦਾ ਜਿੰਨਾ ਤੁਸੀਂ ਸਾਡੇ ਰਿਕਾਰਡਿੰਗ। ਚਲੋ, ਖੂਬਸੂਰਤੀ ਤਾਂ ਸੁਣਨ ਵਾਲਿਆਂ ਨੇ ਡਿਸਾਈਡ ਕਰ ਲੈਣੀ ਹੈ ਜੀ, ਤੁਸੀਂ ਆਪਾਂ ਤਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਹੈ ਜਾਂ ਸਾਡੀ ਅਰਜ਼ ਹੈ, ਮੈਂ ਤੁਹਾਡੀ ਕੋਸ਼ਿਸ਼ ਹੈ, ਮੈਂ ਸਮਝ ਗਿਆ ਵੀ ਜੇ ਤੁਸੀਂ, ਤੂੰ ਆਪ ਖੂਬਸੂਰਤ ਨਹੀਂ ਹੈਗਾ। ਚਲੋ, ਮੈਂ ਮਾਲਵੇ ਦੇ ਇੱਕ ਬਹੁਤ ਅੱਛੇ ਕਵੀ ਹੋਏ ਨੇ ਬਾਬੂ ਰਜਵਲੀ ਜੀ, ਮੈਂ ਉਹਨਾਂ ਦੇ ਦੋ ਚਾਰ ਲੈਣ ਆਪ ਜੀ ਨੂੰ ਸੁਣਾ ਦਿੰਦਾ। ਉਹਨਾਂ ਨੇ ਹੀਰ ਲਿਖੀ ਹੈ, ਹੀਰ ਜਦੋਂ ਖੇੜਿਆਂ ਦੀ ਡੋਲੀ ਵਿੱਚ ਬੈਠਦੀ ਹੈ, ਰਾਂਝਾ ਕਿਸੇ ਦੂਰ ਵਿਚਾਰੇ ਦਰਖਤ ਥੱਲੇ ਖੜਾ, ਅੱਖਾਂ ਭਰੀ ਖੜਾ, ਉਹ ਡੋਲੀ ਲੰਘਣ ਲੱਗੀ ਤਾਂ ਹੀਰ ਨੇ ਪੱਲਾ ਚੱਕ ਕੇ ਡੋਲੀ ਦਾ ਜਦੋਂ ਦੇਖਿਆ ਨਾ, ਅਤੇ ਉਹ ਕੁਛ ਕਹਿੰਦੀ ਹੈ, ਓਕੇ ਸੁਣ।
ਵੇਖ ਰੋਂਦਾ ਰਾਂਝੇ ਨੂੰ ਨਿਕਲ ਗਈਆਂ ਹੀਰ ਸਿਆਲ ਦੀਆਂ ਬਾਖਾਂ ਮੈਂ ਟੁਰ ਚੱਲਿਆ ਘਰਾਂ ਨੂੰ ਜਾ ਦੂਰ ਤੋਂ ਸੱਦ ਲਿਆ ਮਾਰ ਕੇ ਹਾਕਾਂ ਵੇਖ ਰੋਂਦਾ ਰਾਂਝੇ ਨੂੰ ਨਿਕਲ ਗਈਆਂ ਹੀਰ ਸਿਆਲ ਦੀਆਂ ਬਾਖਾਂ ਟੁਰ ਚੱਲਿਆ ਘਰਾਂ ਨੂੰ ਜਾ ਦੂਰ ਤੋਂ ਸੱਦ ਲਿਆ ਮਾਰ ਕੇ ਹਾਕਾਂ ਕੋਈ ਦੁਸ਼ਮਣ ਸੁਣ ਲੈ ਨਾ ਕੋਈ ਦੁਸ਼ਮਣ ਸੁਣ ਲੈ ਨਾ ਮੇਰੀ ਗੱਲ ਸੁਣ ਖੜੋ ਕੇ ਨੇੜੇ ਮੇਰੇ ਵਸ ਨਾਰਾਂਜਣਾ ਦੇ ਜ਼ੋਰ ਨਾਲ ਬੰਨ ਕੇ ਲਿਜਾਂਦੇ ਖੇੜੇ ਮੇਰੇ ਵਸ ਨਾਰਾਂਜਣਾ ਦੇ ਜ਼ੋਰ ਨਾਲ ਬੰਨ ਕੇ ਲਿਜਾਂਦੇ ਖੇੜੇ ਕੀ ਬਾਤ ਹੈ ਵੈਸੇ ਤੁਸੀਂ ਬੜਾ ਮੇਨਟੇਨ ਕੀਤਾ ਆਪਣੇ ਆਪ ਨੂੰ 80 ਸਾਲ ਤੁਹਾਡੀ ਉਮਰ 80 ਪਲੱਸ ਹੈ ਸ਼ਾਇਦ ਹਾਂਜੀ ਹੈ ਨਾ 80 ਸਾਲ ਦੀ ਉਮਰ 'ਚ ਐਸੀ ਆਵਾਜ਼ ਮਤਲਬ ਉਸ ਚੀਜ਼ ਨੂੰ ਬਰਕਰਾਰ ਰੱਖਣਾ ਔਰ ਇੰਨੇ ਦਮ ਨਾਲ ਇੰਨੇ ਉੱਚੇ ਸੁਰ ਦੇ ਵਿੱਚ ਗਾਉਣਾ ਬੜਾ ਮੁਸ਼ਕਲ ਹੁੰਦਾ ਕਿਵੇਂ ਮੇਨਟੇਨ ਕਰਦੇ ਹੋ ਪੋਜੀਸ਼ਨ ਇਹ ਹੈ ਇਹ ਤਾਂ ਗੋਡ ਗਿਫਟ ਹੈ ਠੀਕ ਹੈ ਮੈਨੂੰ ਤਾਂ ਇਹਦਾ ਪਹਿਰੇਦਾਰ ਬਣਾ ਕੇ ਭੇਜਿਆ ਹੋਇਆ ਔਰ ਮੈਂ ਸਮਝਦਾ ਇਹ ਲੋਕਾਂ ਦੀ ਚੀਜ਼ ਹੈ ਜਿਸ ਕਰਕੇ ਮੈਨੂੰ ਮਾਣ ਸਤਿਕਾਰ ਪਿਆਰ ਮਿਲਿਆ ਜਿਸ ਕਰਕੇ ਮੈਂ ਆਪਣੇ ਬੱਚੇ ਪਾਲ ਸਕਿਆ ਇਹਨੂੰ ਮੈਂ ਸਿਰਫ ਸੰਭਾਲਦਾ ਇਹ ਮੇਰੀ ਡਿਊਟੀ ਹੈ ਜਿੰਨੀ ਦੇਰ ਮੈਂ ਸੰਭਾਲ ਸਕਦਾ ਕਿਉਂਕਿ ਚੀਜ਼ ਲੋਕਾਂ ਦੀ ਹੈ ਕਿਉਂਕਿ ਇਹਦੇ ਕਰਕੇ ਮੈਨੂੰ ਜਾਣਦੇ ਨੇ ਇਹਦੇ ਕਰਕੇ ਪਛਾਣਦੇ ਨੇ ਤਾਂ ਮੈਂ ਪਹਿਲਾਂ ਤੋਂ ਹੀ ਆਪਣੇ ਦਿਲ 'ਚ ਆਪਣੇ ਮਨ ਦੇ ਵਿੱਚ ਇਹ ਸਮਝਿਆ ਹੋਇਆ ਵੀ ਸਦੀਕ ਜਦੋਂ ਲੋਕ ਇਹਨੂੰ ਪਿਆਰ ਕਰਦੇ ਨੇ ਤੈਨੂੰ ਪਹਿਰੇਦਾਰ ਬਣਾਇਆ ਪਰਮਾਤਮਾ ਨੇ ਜਿੰਨਾ ਕੁ ਇਹਨੂੰ ਸੰਭਾਲ ਸਕਦਾ ਸੰਭਾਲ ਲੈ